ਅੱਜ ਦੇ ਕੋਇਨ ਦਾ ਬਾਹਰੀ ਰੈਪਰ ਉਹ ਇਹ ਆ, ਇਹ ਰੰਗਦਾਰ ਪੂਰਾ ਪਿਓਰ ਕਲਰਡ ਅਤੇ ਬਹੁਤ ਹੀ ਖੂਬਸੂਰਤ, ਅਤੇ 2011 ਦੇ ਵਿੱਚ USA ਦੇ ਜਿਹੜਾ ਸੀਗਾ ਉਹ ਪ੍ਰਿੰਸ ਵਿਲੀਅਮ ਉਹਦੀ ਮੈਰਿਜ ਹੋਈ ਸੀ, ਤਾਂ ਉਦੋਂ ਕਨੇਡਾ ਦੀ ਗੌਰਮੈਂਟ ਨੇ ਇਹ ਕੋਇਨ ਜਾਰੀ ਕੀਤਾ ਸੀਗਾ, ਉੱਪਰ ਜਿਵੇਂ ਲਿਖਿਆ ਹੋਇਆ। ਅਤੇ ਇਹਨਾਂ ਦੋਨਾਂ ਦਾ ਉਹ ਸੀਗਾ, ਅਤੇ ਇਹ ਇਹ ਇਸ ਕੋਇਨ ਦੇ ਉੱਤੇ ਇਹਨਾਂ ਦੀ ਪਿਕਚਰ ਲੱਗੀ ਹੋਈ ਆ ਰਾਇਲ ਕੈਨੇਡੀਅਨ ਮਿੰਟ ਵੱਲੋਂ, ਉਹਨਾਂ ਦੀ ਯਾਦ ਵਿੱਚ, ਉਹਨਾਂ ਦੇ ਮੈਰਿਜ ਦੀ ਯਾਦ ਵਿੱਚ ਇਹ ਕੋਇਨ ਜਾਰੀ ਕੀਤਾ ਸੀ। ਅਤੇ ਅੱਜ ਆਪਾਂ ਦੇਖਾਂਗੇ, ਇਹ ਉਹਦਾ ਬਾਹਰੀ ਰੈਪਰ ਆ, ਅਤੇ ਆਹ ਹੈਗੀ ਆ ਉਹਦੀ ਡੱਬੀ ਜਿਹਦੇ ਵਿੱਚ ਉਹ ਕੋਇਨ ਹੁੰਦਾ, ਅਤੇ ਇਸ ਤਰ੍ਹਾਂ ਦਾ, ਅਤੇ ਇਹ ਹੈਗਾ ਉਹ ਕੋਇਨ, ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਇੱਥੇ, ਇਹ ਬਲੂ ਕਲਰ ਦਾ ਇੱਕ ਬਹੁਤ ਹੀ ਖੂਬਸੂਰਤ ਲਾਇਆ ਹੋਇਆ ਨਗ, ਅਤੇ ਆ ਉੱਤੇ ਪਿਕਚਰਾਂ ਬਣੀਆਂ ਹੋਈਆਂ ਨੇ ਦੋਨਾਂ ਜਣਿਆਂ ਦੀਆਂ, ਅਤੇ ਆ ਉੱਪਰ ਕਨੇਡਾ ਲਿਖਿਆ ਹੋਇਆ। $20 ਦਾ ਹੈ ਕੋਇਨ, ਉਹ ਲਿਖਿਆ ਹੋਇਆ $20 2011 ਦੇ ਵਿੱਚ। ਇਸ ਤਰ੍ਹਾਂ ਦਾ ਕੋਇਨ ਆ ਇਹ, ਜਦੋਂ ਆਪਾਂ ਨੂੰ ਇਸ ਤਰ੍ਹਾਂ ਦੇਖਦੇ ਹਾਂ, ਅਤੇ ਇਸ ਤਰ੍ਹਾਂ ਇਹ ਕੋਇਨ ਕੈਨੇਡੀਅਨ ਗੌਰਮੈਂਟ ਵੱਲੋਂ ਜਾਰੀ ਕੀਤਾ ਸੀ ਇਹਨਾਂ ਦੇ ਵਿਆਹ ਦੇ ਸੰਬੰਧ ਨਾਲ, ਅਤੇ ਇਹਦੀ ਕੁਆਂਟਿਟੀ ਵੀ ਬਹੁਤ ਜ਼ਿਆਦਾ ਸੀ, 24,858 ਇਹਦੀ ਕੁਆਂਟਿਟੀ ਜਾਰੀ ਕੀਤੀ ਸੀ, ਅਤੇ ਇਹਨਾਂ ਦਾ ਟਾਰਗੇਟ ਸੀਗਾ 25,000 ਦਾ, ਥੋੜ੍ਹਾ ਜ਼ਿਆਦਾ ਘੱਟ ਇਹ ਕੁਆਂਟਿਟੀ ਜਾਰੀ ਕੀਤੀ ਗਈ ਸੀ। ਇਹ ਹੈਗੀ ਉਹਦੀ ਦੂਸਰੀ ਸਾਈਡ, ਉਹੀ ਜਿਵੇਂ ਤੁਹਾਨੂੰ ਦੱਸਿਆ ਸੀ, ਇਹ ਪਿਕਚਰ ਸੇਮ ਹੀ ਹੁੰਦੀ ਆਲਮੋਸਟ, ਅਤੇ ਉਸੇ ਤਰ੍ਹਾਂ ਐਲਜਾਬੈਥ ਸੈਕਿੰਡ ਦੀ ਇਹ ਪਿਕਚਰ ਲੱਗੀ ਹੋਈ ਆ, ਅਤੇ ਕੈਨੇਡੀਅਨ ਡੋਲਰ $20 ਇਹ ਉਹਦਾ ਇੱਧਰਲੀ ਸਾਈਡ ਦੇ ਉੱਤੋਂ ਇਹ ਇਹ ਲਿਖਿਆ ਵੀ ਹੋਇਆ ਇੱਧਰਲੀ ਸਾਈਡ, ਆ ਇਸ ਤਰ੍ਹਾਂ ਆਹ ਲਿਖਿਆ ਹੋਇਆ, ਆਹ ਤੁਸੀਂ ਪੜ੍ਹ ਸਕਦੇ ਹੋ। ਉਹਦਾ ਨਾਂ ਗਾ ਰਾਜਕੁਮਾਰ ਦਾ, ਪ੍ਰਿੰਸ ਦਾ, ਅਤੇ ਇਹ ਸਾਰੀ ਇਨਫੋਰਮੇਸ਼ਨ ਇਸ ਤਰ੍ਹਾਂ ਵੀ ਲਿਖੀ ਗਈ ਆ। ਅਤੇ ਇਹ ਉਹ ਕੋਇਨ ਇੱਧਰਲੀ ਸਾਈਡ ਦੇਖੋ, ਬਹੁਤ ਖੂਬਸੂਰਤ ਕੋਇਨ ਆ ਇਹ, ਖੈਰ ਇਸ ਤਰ੍ਹਾਂ ਆਹ ਲਿਖਿਆ ਹੋਇਆ। ਇਸ ਤਰ੍ਹਾਂ ਦਾ ਕੋਇਨ ਆ ਇਹ, ਅਤੇ ਹੁਣ ਆਪਾਂ ਦੇਖਾਂਗੇ ਇਹਦੇ ਸਰਟੀਫਿਕੇਟ ਬਾਰੇ, ਜਿਹੜਾ ਕਿ ਇਹ ਆ, ਇਹ ਉਹਦਾ ਨਾਂ ਲਿਖਿਆ ਹੋਇਆ, ਨਾਂ ਤਾਂ ਕੀ ਉਹੀ ਸਿਲਵਰ ਦਾ ਕੋਇਨ ਆ ਇਹ $20 ਦਾ, ਅਤੇ ਆ ਇਹਦੇ ਬਾਰੇ ਇੰਗਲਿਸ਼ ਵਿੱਚ ਲਿਖਿਆ ਹੋਇਆ, ਆ ਉੱਪਰ ਜਿਵੇਂ ਤੁਹਾਨੂੰ ਦੱਸਿਆ ਸੀ 2010 ਲਿਖਿਆ, ਸਾਰਾ ਪੜ੍ਹ ਲਓ ਵੀ, ਅਤੇ ਇਹ ਇੰਗਲਿਸ਼ ਵਿੱਚ ਆ ਸਾਰਾ ਇਹ, ਉਹ ਤਾਂ ਰਾਜਕੁਮਾਰ ਬਾਰੇ ਲਿਖਿਆ ਹੋਇਆ ਵੀ ਉਹ ਕਿਵੇਂ ਮਿਲੇ ਸੀਗੇ, ਆਹ ਯੂਨੀਵਰਸਿਟੀ 'ਚ ਪੜ੍ਹਦੇ ਸੀ ਫਿਰ ਇਹੋ ਜਿਹਾ ਕੁਛ, ਸਾਰਾ ਕੁਛ ਇਹਨਾਂ ਬਾਰੇ ਲਿਖਿਆ ਹੋਇਆ ਜਿਨ੍ਹਾਂ ਦਾ ਇਹ ਵਿਆਹ ਹੋਇਆ ਸੀ। ਅਤੇ ਇਹ ਲਿਖਿਆ ਇਹ ਹੈਗਾ ਸਰਟੀਫਿਕੇਟ ਜਿਵੇਂ ਪਹਿਲਾਂ ਦੀ ਤਰ੍ਹਾਂ ਹੀ, ਅਤੇ ਆਹ ਇਹਦੀ ਕੁਆਂਟਿਟੀ ਲਿਖੀ ਹੋਈ ਹੈ, ਅਤੇ ਆਹ ਇਹਦਾ ਨੰਬਰ ਆ ਜਿਹੜਾ ਆਪਣੇ ਕੋਲ ਹੈਗਾ, ਇਹ ਗੱਲਬਾਤ ਆ ਭਾਈ। ਅਤੇ ਇੱਧਰਲੀ ਸਾਈਡ ਇਹ ਫ੍ਰੈਂਚ ਵਿੱਚ ਆ, ਇਸ ਤਰ੍ਹਾਂ ਇਹ ਫ੍ਰੈਂਚ ਵਿੱਚ ਲਿਖਿਆ ਗਿਆ, ਫ੍ਰੈਂਚ ਵਾਲੇ ਵੀ ਪੜ੍ਹ ਸਕਦੇ ਨੇ। ਅਤੇ ਆ ਇਹਦੇ ਕੋਇਨ ਬਾਰੇ ਲਿਖਿਆ, $20 ਦਾ ਕੋਇਨ ਆ, ਪਿਓਰ ਸਿਲਵਰ ਦਾ ਕੋਇਨ ਆ, ਵੇਟ ਇਹਦਾ 31.39 ਗ੍ਰਾਮ ਆ, ਘੇਰਾ ਇਹਦਾ 38 ਮਿਲੀਮੀਟਰ ਆ। ਅਤੇ ਆ ਜਿਹੜਾ ਕੈਨੇਡੀਅਨ ਆਰਟਿਸਟ ਆ ਉਹਦੇ ਵੱਲੋਂ ਇਹ ਕੋਇਨ ਬਣਾਇਆ ਗਿਆ, ਇਹੋ ਜਿਹਾ ਕੁਛ ਸਾਰਾ ਕੁਛ ਲਿਖਿਆ ਹੋਇਆ ਇਹਦੇ 'ਤੇ।
ਅਤੇ ਆ ਹੈਗਾ ਫਰੈਂਚ ਦੇ ਵਿੱਚ, ਅਤੇ ਇੱਕ ਆਪਾਂ ਜਾਂਦੇ ਜਾਂਦੇ ਨਾਲ ਜਿਹੜੀ ਮੇਰੇ ਕੋਲ ਉਹ ਬੁੱਕ ਆ ਉਹਦੇ ਉੱਤੇ ਵੀ ਦੇਖ ਲੈਂਦੇ ਹਾਂ। ਉਹ ਆ ਸੀ, ਇਹਦੀ $104 ਇਹਦੀ ਪ੍ਰਾਈਸ ਸੀਗੀ, ਅਤੇ ਹੁਣ ਇਹਦੀ ਵੈਲਿਊ $105 ਆ, ਹੁਣ ਨਹੀਂ ਜਾਣੀ 2016 ਵਿੱਚ, ਅਤੇ ਇਸ ਬੁੱਕ ਦੀ ਆ, ਇਸ ਕੋਇਨ ਦੀ। ਅਤੇ ਆ ਉਹ ਬੁੱਕ ਆ 2016 ਦਾ, 34ਵੇਂ ਐਡੀਸ਼ਨ ਆ ਇਹ ਬੁੱਕ ਆ ਉਹ। ਅਤੇ ਆ ਕੋਇਨ ਆ, ਅਤੇ ਆਸ ਕਰਦੇ ਹਾਂ ਤੁਸੀਂ ਇਸ ਵੀਡੀਓ ਨੂੰ ਪਸੰਦ ਕਰੋਗੇ। ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ, ਧੰਨਵਾਦ। Turn number seven.